ਕਿਹੜੀ ਚੋਟੀ ਤੁਸੀਂ ਇਹ ਫੰਡ ਲਿਆਏ ਦੇ ਇਹ ਕਿੰਨੇ ਤੋਂ ਲਿਆ ਦੇ ਕਿੰਨੇ ਤੱਕ ਲਿਆਏ ਦੇ ਪੰਜਾਹ ਸੱਠ ਸੱਤਰ ਹੋ ਗਏ ਨੇ ਤਿੰਨ ਮਹੀਨੇ ਹੋ ਗਏ ਨੇ ਹੋਰ ਕੋਈ ਚਾਰਾ ਦੇਣਾ ਜੀ ਇਸ ਤੋਂ ਇਲਾਵਾ ਇਹਨਾਂ ਨੂੰ ਕਮਾਂ ਦੇ ਵੱਡਾ ਹੀ ਪਾਈ ਦਾ ਫੰਡਰ ਚੌਕਰ ਵਗੈਰਾ ਨੇ ਚੌਕਰ ਹੀ ਪਾਈ ਪਾਉਂਦੇ ਸਸੈਲੇ ਹੀ ਲੋਕ ਭਰਾ ਪਾਉਂਦੇ ਨੇ ਉਹ ਤੁਸੀਂ ਕਿਉਂ ਨਹੀਂ ਇਸਤੇਮਾਲ ਕਰ ਰਹੇ ਤੇ ਉਹ ਇੱਕਦਮ ਨੇ ਬਹੁਤ ਬੜੀ ਆਉਂਦੀ ਬਹੁਤ ਆਉਂਦੀ ਹੈ ਅਤੇ ਇੱਕ ਨਾਲ ਡੰਗਰਾਂ ਵਾਸ ਵੀ ਅਜ਼ਾਬ ਬਣਦੇ ਨੇ ਜੋ ਬੰਦੇ ਮੁਸੀ ਸ਼ਹਿਰ ਖਾਂਦੇ ਨੇ ਮਾਣ ਰਹੀਮ ਅਸਲਾਮ ਵਾਲੀਕਮ ਕੀ ਹਾਲ ਚਾਲ ਨੇ ਭਰਾਵਾਂ ਦੇ ਮੀਂਹ ਦੇ ਸਾਰੇ ਠੀਕ ਠਾਕ ਹੋਣਗੇ ਅਤੇ ਅੱਜ ਅਲੀ ਰਜ਼ਾ ਬਾਈ ਦੇ ਫਾਰਮ 'ਚ ਪਹੁੰਚੇ ਹੋਏ ਹਾਂ ਅਤੇ ਇਹਨਾਂ ਕੋਲ ਗੱਭਰਾਂ ਝੂਟੇ ਨੇ ਇੱਕ ਵੀਡੀਓ ਬਣਾਈ ਹੈ ਇੱਕ ਫੰਡਰਾਂ 'ਚ ਬਣ ਰਹੀ ਹੈ ਇੱਕ ਵੜਾਂ 'ਚ ਬਣੇਗੀ ਲਹਿਦਾ ਮਾਲੂਮਾਤ ਹੋਵੇਗੀ ਲੇਕਿਨ ਵੀਡੀਓ ਇਹਨਾਂ ਦੀ ਹੋਵੇਗੀ ਠੀਕ ਹੈ ਅਤੇ ਅਲਹਮਦੁਲਿਲਾ ਉਹਨਾਂ ਨੂੰ ਬਰੀਡਰ ਵੀ ਚੈੱਕ ਕਰਵਾਵਾਂਗੇ ਅਤੇ ਫੰਡਰ ਝੂਟੀਆਂ ਵੀ ਚੈੱਕ ਕਰਵਾਵਾਂਗੇ ਕਿ ਉਹ ਉਹਨਾਂ ਦੇ ਕੀ ਸੁਰਤ ਹਾਲ ਹੈ ਕੀ ਗਰੋਥ ਕਰ ਰਹੀਆਂ ਨੇ ਕੀ ਉਹਨਾਂ ਦੇ ਬੱਚੇ ਉਹਨਾਂ ਨੂੰ ਹੈ ਨੁਕਸਾਨ ਹੈ ਮੁਕੰਮਲ ਤਸੱਲੀ ਨਾਲ ਇਹਨਾਂ ਕੋਲ ਮਾਲੂਮਾਤ ਲੈ ਕੇ ਤੁਸੀਂ ਬਾਈਆਂ ਤੱਕ ਪਹੁੰਚਾਵਾਂਗੇ ਉਸ ਤੋਂ ਪਹਿਲੇ ਸਾਡੇ ਚੈਨਲ ਕਰ ਲਓ ਸਬਸਕ੍ਰਾਈਬ ਬੈਲ ਆਇਕਨ ਵਾਧੋ ਤੱਕ ਜੇ ਸਾਡਾ ਨੋਟੀਫਿਕੇਸ਼ਨ ਹੋਵੇ ਬਾਸ ਨਹੀਂ ਪਰਾਂ ਤੱਕ ਪਹੁੰਚ ਸਕੇ ਆਈਏ ਵੀਡੀਓ ਕੋ ਸ਼ੁਰੂ ਕਰਤੇ ਹੈ ਵੀਰ ਕੀ ਨਾਂ ਹੈ ਆਪਣਾ ਅੱਛਾ ਇਸ ਟਾਈਮ ਕਿੱਥੇ ਖਲੇ ਆਪਾਂ ਰਜ਼ਾਨੀਪੁਰ ਅੱਛਾ ਅਲੀ ਰਜ਼ਾ ਬਾਈ ਮਾਸ਼ਾਅੱਲਾ ਇਸ ਟਾਈਮ ਕਿੰਨੀਆਂ ਝੋਟੀਆਂ ਆਪਣੇ ਕੋਲ ਮੌਜੂਦ ਨੇ ਫੰਡਰ ਆਪਣੇ ਫਾਰਮ ਦੇ ਵਿੱਚ ਪੰਦਰਾਂ ਵੀਹ ਝੋਟੀਆਂ ਆਪਣੇ ਇਹ ਫਾਰਮ ਹੈ ਤੇਰੇ 'ਚ ਫੰਡਰ ਝੋਟੀਆਂ ਜੀ ਠੀਕ ਹੋ ਗਿਆ ਹਲੇ ਦਾ ਬਾਈ ਇਸ ਤੋਂ ਇਲਾਵਾ ਇੱਕ ਹੋਰ ਗੱਲ ਇਸ ਕਾਰੋਬਾਰ 'ਚ ਫੰਡਰ ਝੋਟੀ ਦੇ ਕਾਰੋਬਾਰ 'ਚ ਆਏ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਅੱਛਾ 5 ਸਾਲ ਅੱਗੇ ਤੁਸੀਂ ਇੱਕ ਵੀਡੀਓ ਬਣਾਈ ਗੱਬਣਾ ਝੋਟੀਆਂ ਉਹਦੇ ਤੋਂ 5-6 ਸਾਲ ਹੋ ਗਏ ਨੇ 5-6 ਸਾਲ ਹੀ ਹੋ ਗਏ ਤੁਹਾਨੂੰ ਇਹ ਫਾਰਮ ਹੀ ਕਰਦਿਆ ਪਿਆ ਨੂੰ ਜੀ ਠੀਕ ਹੋ ਗਿਆ ਹਲੇ ਦਾ ਬਾਈ ਇੱਕ ਹੋਰ ਗੱਲ ਇਹ ਫੰਡਰ ਝੋਟੀਆਂ ਤੁਸੀਂ ਕਿਹੜੀ ਮੰਡੀ ਨੂੰ ਪਰਚੇਜ਼ ਕੀਤਾ ਮਾਲ ਲਾਹੌਰ ਤੋਂ ਕੀਤਾ ਜੀ ਲਾਹੌਰ ਮੁਲਤਾਨ ਜੀ ਠੀਕ ਹੋ ਗਿਆ ਅੱਛਾ ਇਸ ਤੋਂ ਇਲਾਵਾ ਕਿਹੜੀ ਝੋਟੀ ਤੁਸੀਂ ਇਹ ਫੰਡ ਲਿਆਏ ਦੇ ਇਹ ਕਿੰਨੇ ਤੋਂ ਲਿਆ ਦੇ ਕਿੰਨੇ ਤੱਕ ਲਿਆਏ ਦੇ ਪੰਜਾਹ ਸੱਠ ਸੱਤਰ ਅਤੇ ਕਿੰਨੇ ਮਹੀਨੇ ਹੋ ਗਏ ਨੇ ਤਿੰਨ ਮਹੀਨੇ ਹੋ ਗਏ ਨੇ ਜੀ ਠੀਕ ਹੋ ਗਿਆ ਅੱਛਾ ਤਿੰਨਾਂ ਮਹੀਨਿਆਂ ਦੇ ਵਿੱਚ 50-60-70 ਦੀ ਝੋਟੀ ਪਰਚੇਜ਼ ਕੀਤੀ ਤੇ ਅੱਛਾ ਅਸੀਂ ਕੀ ਖੁਰਾਕ ਕਿੰਨੇ ਨਾਲ ਮਾਸ਼ਾਅੱਲਾ ਡੁੜਿਆ ਗਰੋ ਸਹੀ ਕਰ ਰਹੀਏ ਮਾਲ ਲੁੱਡਾ ਵੰਡਾ ਮੁੰਡਾ ਪਾਈਦਾ ਇਹਨਾਂ ਨੂੰ ਕਿਹੜੀ ਗੱਬਣ ਨਹੀਂ ਨਾ ਅੱਛਾ ਗੱਬਣ ਜੋੜੇ ਵੰਡਾ ਨਹੀਂ ਪਾਉਂਦੇ ਤੇ ਫੰਡਰਾਂ ਨੂੰ ਵੰਡਾ ਪਾਉਂਦੇ ਤੇ ਅੱਛਾ ਫੰਡਰਾਂ ਗੱਬਣਾ ਪਾਈ ਦੇ ਕੀ ਨੁਕਸਾਨ ਅਤੇ ਫੰਡਰਾਂ ਪਾਈ ਦੇ ਕੀ ਫਾਇਦਾ ਹੈ ਥੋੜ੍ਹੇ ਦੱਸ ਦਿਓ ਮੋਟਾਪੇ 'ਚ ਆ ਜਾਂਦਾ ਨੁਕਸਾਨ ਹੁੰਦਾ ਪਿੱਛੇ ਕੱਢਣ ਲੱਗ ਪੈਂਦੀਆਂ ਨੇ ਜੀ ਠੀਕ ਹੋ ਗਿਆ ਅੱਛਾ ਅਲੀ ਰਜ਼ਾ ਬਾਈ ਇੱਕ ਹੋਰ ਗੱਲ ਤੁਸੀਂ ਇਹ ਘੱਟ ਝੋਟੀਆਂ ਰੱਖੀਆਂ ਨੇ ਫੰਡਰ ਇਹ ਕੀ ਵਜ੍ਹਾ ਇਹਦੀ ਬੱਚਤ ਨਹੀਂ ਆਉਂਦੀ ਗੱਬਣਾ ਬੱਚਤ ਕਰਨੀ ਇਹਦੇ ਬੱਚਤ ਘੱਟ ਏ ਅੱਛਾ ਅੱਛਾ ਫਿਰ ਵੀ ਤੁਹਾਡੇ ਇਹ ਕਿੰਨੇ ਮਹੀਨੇ ਰੱਖਣਾ ਤੁਸੀਂ ਇਹਨਾਂ ਨੂੰ ਤਿਆਰ ਕਦ ਵੇਚੋਗੇ ਜਾਂ ਫਿਰ ਗੱਬਣ ਹੋ ਗਈਆਂ ਤਾਂ ਉਹ ਵੱਡੇ ਵਾੜੇ ਗਈਆਂ ਨਾ ਹੋ ਜਾਂਦੇ ਅਗਾਂ ਗਈਆਂ ਸਨਾਟਰ ਹੋਸ ਐਵੇਂ ਹੈ ਜੀ ਠੀਕ ਹੋ ਗਿਆ ਅੱਛਾ ਇਹ ਕਿਹੜੀ ਕਿਹੜੀ ਨਸਲ ਏ ਲੁੱਡਣ ਨੇ ਲੁੱਡਣ ਰਾਵੀ ਜੀ ਠੀਕ ਹੋ ਗਿਆ ਅੱਛਾ ਅਲੀ ਰਜ਼ਾ ਬਾਈ ਮਾਸ਼ਾਅੱਲਾ ਦੋ ਤਿੰਨ ਸੌ ਅੱਛਾ ਕਾਫੀ ਭਰਾਵਾਂ ਵੀਡੀਓ ਬਣਾਈਆਂ ਉਹਨਾਂ ਦੇ ਖਰਚੇ ਘੱਟ ਆਉਂਦੇ ਨੇ ਤੁਹਾਡਾ ਖਰਚਾ ਕਿਉਂ ਘਣਾ ਆ ਰਿਹਾ ਘਣਾ ਕਨੀ ਖੁਰਾਕ ਦੇਣੀ ਪੈਂਦੀ ਹੈ ਕਿਉਂ ਵੱਡੀ ਉਮਰ ਦੀਆਂ ਨੇ ਜੀ ਠੀਕ ਹੋ ਗਿਆ ਅੱਛਾ ਇਸ ਟਾਈਮ ਮਾਸ਼ਾਅੱਲਾ ਰੋਡੀ ਫੀਕ ਝੋਟੇ ਦੇ ਵਜ਼ਨ ਵੇਖੇ ਤਾਂ 5-6 ਮਾਹ ਨੇ ਐਵੇਂ ਹੈ ਅੱਛਾ ਇਹਨਾਂ ਵਿੱਚ ਤੁਸੀਂ ਇਹਨਾਂ ਕੋਈ ਬਰੀਡਰ ਰੱਖਿਆ ਕੋਈ ਫੰਡਰਾਂ ਝੋਟੀਆਂ ਵਿੱਚ ਚੈੱਕ ਕਰਵਾਓ ਭਰਾਵਾਂ ਨੂੰ ਲੈ ਦੋਸਤੋ ਅੱਗੇ ਤੁਹਾਨੂੰ ਗੱਬਣਾ ਝੋਟੀਆਂ ਵਿੱਚ ਤੁਹਾਨੂੰ ਪਤਾ ਬਰੀਡਰ ਨਹੀਂ ਰੱਖਿਆ ਜਾਂਦਾ ਉਹ ਹੁੰਦੀ ਹੈ ਗੱਬਣ ਨੇ ਆਹ ਫੰਡਰ ਝੋਟੀਆਂ ਵਿੱਚ ਬਰੀਡਰ ਚੈੱਕ ਕਰੋ ਅੱਛਾ ਇਹ ਕਿਹੜੀ ਮੰਡੀ ਪਰਚੇਜ਼ ਕੀਤਾ ਦੇ ਲਾਹੌਰ ਤੋਂ ਵੀ ਇਹ ਉਹ ਕਿੰਨੇ ਲਿਆਏ ਸੀ ਬੱਚਾ ਸੀ ਜਾਂ ਐਡੇ ਐਡੇ ਲਿਆਏ ਦੇ ਅੱਛਾ ਅੱਛਾ ਵਾਹ ਜੀ ਦੋ ਸਾਲ ਹੋਏ ਖਾਂਦੇ ਨੇ ਠੀਕ ਹੋ ਗਿਆ ਅੱਛਾ ਇਹ ਦੱਸ ਦਿਓ ਬਰੀਡਰ ਲੈਣਾ ਹੋਵੇ ਤਾਂ ਕਿਹੜੀ ਨਸਲ ਵੇਖ ਲੈਣੀ ਚਾਹੀਦੀ ਹੈ ਇਹ ਵੀ ਉਹੀ ਰਾਵੀ ਹੋਵੇ ਜੀ ਠੀਕ ਜੀ ਠੀਕ ਹੋ ਗਿਆ ਅੱਛਾ ਅਲੀ ਰਜ਼ਾ ਬਾਈ ਇੱਕ ਹੋਰ ਗੱਲ ਅਲੀ ਰਜ਼ਾ ਬਾਈ ਰਾਵੀ ਨਸਲ ਹੋਣੀ ਚਾਹੀਦੀ ਹੈ ਕਿਉਂਕਿ ਝੋਟੀਆਂ ਵਾਸਤੇ ਅਗਲੇ ਗੱਬਣਾਂ ਹੋ ਜਾਂਦੀਆਂ ਨੇ ਕ੍ਰੋਸ ਹੋ ਜਾਂਦੀਆਂ ਨੇ ਫਿਰ ਉਹ ਅਗਲੇ ਸੂੰਦੀਆਂ ਨੇ ਕੋਈ ਚੰਗੀ ਨਸਲ ਹੋਵੇ ਤਾਂ ਉਹ ਵਪਾਰੀ ਹੱਸ ਲੈਂਦਾ ਐਵੇਂ ਹੀ ਜੀ ਠੀਕ ਹੋ ਗਿਆ ਅੱਛਾ ਇਸ ਤੋਂ ਇਲਾਵਾ ਇੱਕ ਹੋਰ ਗੱਲ ਕਿਹੜਾ ਰੋਡੇ ਆ ਅੱਗੇ ਚਾਰਾ ਪਿਆ ਹੈ ਇਹ ਕਿਹੜੀ ਨਸਲ ਹੋਣਾ ਚਾਹੀਦਾ ਇਹਨਾਂ ਨੂੰ ਕੋਈ ਇਕੱਲਾ ਕਮਾਂਦ ਪਾਓ ਜਾਂ ਇਹਨਾਂ ਨੂੰ ਹੋਰ ਵੀ ਕੋਈ ਚਾਰਾ ਦੇਣਾ ਚਾਹੀਦਾ ਹੈ ਇਹਨਾਂ ਨੂੰ ਕੋਈ ਇਕੱਲਾ ਕਮਾਂਦ ਹੀ ਪਾਉਣਾ ਚਾਹੀਦਾ ਹੋਰ ਕੋਈ ਚਾਰਾ ਦੇਣਾ ਚਾਹੀਦਾ ਇਸ ਤੋਂ ਇਲਾਵਾ ਇਹਨਾਂ ਨੂੰ ਕਮਾਂਦ ਵੱਡਾ ਹੀ ਪਾਈਦਾ ਨਾ ਫੰਡਰ ਚੌਕਰ ਵਗੈਰਾ ਨੇ ਚੌਕਰ ਹੀ ਪਾਈ ਪਾਉਂਦੇ ਸਸੈਲੇ ਹੀ ਲੋਕ ਭਰਾ ਪਾਉਂਦੇ ਨੇ ਉਹ ਤੁਸੀਂ ਕਿਉਂ ਨਹੀਂ ਇਸਤੇਮਾਲ ਕਰ ਰਹੇ ਤੇ ਉਹ ਇੱਕਦਮ ਨੇ ਬਹੁਤ ਬੜੀ ਆਉਂਦੀ ਬਹੁਤ ਆਉਂਦੀ ਹੈ ਅਤੇ ਇੱਕ ਨਾਲ ਡੰਗਰਾਂ ਵਾਸ ਵੀ ਅਜ਼ਾਬ ਬਣਦੇ ਨੇ ਜੋ ਬੰਦੇ ਮੁਸੀ ਸ਼ਹਿਰ ਖਾਂਦੇ ਨੇ ਹਾਂ ਇਹ ਤਾਂ ਗੱਲ ਤੁਹਾਡੀ ਸਹੀ ਹੈ ਹਕੀਕਤ ਤੇ ਡੰਗ ਬਿਲਕੁਲ ਹੈ ਤੂੰ 1,00,000 ਰੁਪਏ ਦੀ ਕੀਤੀ ਅੱਜ ਦਿਲ ਨੂੰ ਛੂਹਣ ਵਾਲੀ ਗੱਲ ਏ ਅੱਛਾ ਇਸ ਤੋਂ ਇਲਾਵਾ ਇੱਕ ਹੋਰ ਗੱਲ ਮੇਰਾ ਵੀਰ ਇਹ ਵੀ ਦੱਸੀ ਚੱਲ
कि तुसी कारोबार च आए हो, कारोबार कर रहे हो, तुहानू ठीक प्रॉफिट आ रही है, ठीक कर रहे हो, ठीक है, तो यह काम करने वास्ते फंडरां जोड़ियां ते गबरां जोड़ियां दा कोल किन्ना कु पैसा होना चाहिए? भैया कोई 20 लाख रुपया 20 लाख होना चाहिए। 20 लाख रुपया और काम चल जाता है? चलता माशाल्लाह सोना काम चल जाए जी। ठीक हो गया। तो हम मेरे दोस्तों की थोड़ा मैसेज देना चाहते हो कि काम करना चाहते हैं? तो काम अच्छा है जी, तो कार्रवाई भी करना चाहिए। करना चाहिए, नुकसान नहीं है? नुकसान नहीं है जी। ਕਿੰਨੀ ਖਿੱਚਲ ਕਰੋ ਤਾਂ ਉਹਦਾ ਮੁਨਾਫਾ ਮਾਸ਼ਾਅੱਲਾ ਆ ਜਾਂਦਾ, ਕਾਟਾ ਕੁਟਾ ਦੇ ਵਿੱਚ ਨਹੀਂ ਹੈ। ਕਾਟਾ ਕੁਟਾ ਨਹੀਂ ਹੈਗਾ, ਮੁਨਾਫਾ ਹੀ ਹੈ ਜੀ। ਠੀਕ ਹੋ। ਲੈ ਦੋਸਤੋ, ਅਗਰ ਤੁਹਾਨੂੰ ਅਲੀ ਬਾਈ ਦੀ ਵੀਡੀਓ ਅੱਛੀ ਲੱਗਦੀ, ਵੀਡੀਓ ਨੂੰ ਕਰਨਾ ਲਾਈਕ, ਸਬਸਕ੍ਰਾਈਬ, ਸ਼ੇਅਰ। ਨੈਕਸਟ ਵੀਡੀਓ ਤੱਕ ਆਪਣੇ ਭਰਾ ਬੁਲਾ ਲਓ। ਇਜਾਜ਼ਤ ਬਾਕੀ ਇਨਸ਼ਾਅੱਲਾ ਫਿਰ ਸੀ। ਅੱਲਾ ਹਾਫਿਜ਼।